देवी दलवाग से बापू दलवाग कौन ने आ कौन है जी वाग जी कौन असि घंटा घर जाना सी उत्थे एक बापू जी पए ने बहुत माड़ी हालत च साडे टीम दे मेंबर ने अतुल सालन वीर ने सानू कॉल कीती कल ते अज असि उहनू बापू जी नू लैण चले सी सोचे सारे साइकलां ते जावांगे मगर सतनाम उहने गड्डी लैके आ जाणगे ते बापू जी नू लैके आवांगे पर रस्ते दे विच इक बजुर्ग बैठे ने इत्थे दस्तार वी इहनां दे हुण असि बन्ने आ उत्थे इहनां दी दस्तार पई सी आ रात कोई शायद इहनां नू टिफिन दे गया एक पानी की बोतल सी हुण असि एप्पल वी दित्ता पानी वी दित्ता बापू पी नहीं रहा बापू ਜਿਵੇਂ ਕਿਸੇ ਸ਼ੌਕ ਦੇ ਵਿੱਚ ਹੁੰਦਾ ਜਿਵੇਂ ਕਿਸੇ ਦਿਮਾਗੀ ਵੱਡੀ ਪਰੇਸ਼ਾਨੀ ਚ ਘਿਰ ਗਿਆ ਹੁੰਦਾ ਇਸ ਤਰ੍ਹਾਂ ਆਪਣੀਆਂ ਗੱਲਾਂ ਨੂੰ ਬਾਰ ਬਾਰ ਰਿਪੀਟ ਕਰੀ ਜਾਂਦੇ ਆ ਤੁਹਾਡਾ ਨਾਮ ਕੀ ਆ ਦਿਲਬਾਗ ਸਿੰਘ ਤੁਹਾਡਾ ਦਿਲਬਾਗ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਮੁਗਲ ਚੱਕ ਆਹੋ ਠੀਕ ਹੈ ਬਾਪੂ ਤੁਸੀਂ ਇੱਥੇ ਕਿੱਥੇ ਬੈਠੇ ਹੋ ਤੁਹਾਨੂੰ ਪਤਾ ਆ ਵੇ ਇੱਥੇ ਬੈਠਾ ਇਹ ਕਿੱਥੇ ਆ ਆਵੇ ਇੱਥੇ ਬੈਠਾ ਇਹ ਕਿਹੜੀ ਜਗ੍ਹਾ ਵਾ ਤਰਨਤਾਰਨ ਨਹੀਂ ਨਹੀਂ ਬਾਪੂ ਇਹ ਲੁਧਿਆਣੇ ਬੈਠੇ ਹੋ ਤੁਸੀਂ ਲੁਧਿਆਣੇ ਨਹੀਂ ਬੈਠਾ ਮੈਂ ਇਹ ਲੁਧਿਆਣਾ ਵਾ ਬਾਪੂ ਆ ਮਿਲਟਰੀ ਏਰੀਆ ਵਾ ਤੇ ਸਾਹਮਣੇ ਫੌਜ ਦਾ ਏਰੀਆ ਵਾ ਆ ਸਾਹਮਣੇ ਫੌਜ ਦੀ ਰਹਿਸ਼ ਆ ਤੁਸੀਂ ਇੱਥੇ ਬੈਠੇ ਹੋ ਫੌਜ ਨੇ ਉਹਨਾਂ ਨੇ ਆ ਕੇ ਤੁਹਾਨੂੰ ਇੱਥੋਂ ਮਾਰਨਗੇ ਤੁਹਾਨੂੰ ਭਜਾ ਦੇਣਗੇ ਉਹ ਤੁਸੀਂ ਇੱਥੇ ਕਦੋਂ ਦੇ ਬੈਠੇ ਹੋ ਉਹ ਦੇਖੋ ਕਿੰਨੀ ਜਗ੍ਹਾ ਨਿਸ਼ਾਨ ਪਏ ਹੋਏ ਘਰੋਂ ਕਿੰਨੇ ਦਿਨਾਂ ਦੇ ਨਿਕਲੇ ਹੋਏ ਆ ਕੱਪੜੇ ਕੁਪੜੇ ਤੁਹਾਡੇ ਕਿੰਨੇ ਗੰਦੇ ਹੋਏ ਪਏ ਨੇ ਉਹ ਚੱਪਲਾਂ ਦੇਖੀ ਬਾਪੂ ਜੀ ਤੁਹਾਡੇ ਪੈਰਾਂ 'ਚ ਚੱਪਲਾਂ ਵੀ ਹੈ ਨੇਗੀਆਂ ਉਹ ਤਾਂ ਇੱਕੋ ਹੀ ਆ ਘਰੋਂ ਕਿਸੇ ਨੇ ਕੱਢਤਾ ਤੁਹਾਨੂੰ ਕਿਵੇਂ ਆਏ ਆ ਕਾਹਤੋਂ ਆਏ ਆ ਇੱਥੇ ਨਹੀਂ ਕੱਢਤਾ ਨਹੀਂ ਆ ਘਰੋਂ ਕਿਵੇਂ ਆਏ ਹੋ ਕੋਈ ਨਹੀਂ ਕੱਢਤਾ ਦੇਖੋ ਘਰੋਂ ਕਿਹਨੇ ਕੱਢਤਾ ਤੁਹਾਨੂੰ ਘਰੋਂ ਨਹੀਂ ਕੱਢਿਆ ਹਾਂ जिला बापू जी जिला पिंड का की नाम है मुगल चक गिल चलिए उ मुगल चक छे थो मुगल चक चल आओ चलिए बापू जी नू ये भी नहीं पता है कित्थे बैठे इस टाइम तरन तारण जिले तो दसदे अपने शहर तो मेरे मुगल चक पैंदा जिन्हां अमृतसर दसदे आ इत्थे बापू जी इसे कुदरत निगाह पै गई साइकलां ते जांदे सीगे बापू जी इत्थे आ फुटपाथ ते जिहड़ा साइड ते नाला बणिया होया मींह वाले पानी वास्ते उहदे उत्ते बैठे सी सिर दे विच वी जिहड़े केस ने उह वी जुटावां बणियां पईआं ਪਤਾ ਨੀ ਕਿੰਨੇ ਦਿਨਾਂ ਤੋਂ ਇਸ਼ਨਾਨ ਨਹੀਂ ਕੀਤਾ ਬਾਪੂ ਜੀ ਨੇ ਦਿਲਬਾਗ ਸਿੰਘ ਆਪਣਾ ਨਾਮ ਬਾਪੂ ਜੀ ਬਾਪੂ ਜੀ ਤੁਹਾਡੇ ਪਿਤਾ ਜੀ ਦਾ ਕੀ ਨਾਂ ਪਿਤਾ ਜੀ ਦਾ ਨਾਂ ਤੁਹਾਡੇ ਬਾਪ ਦਾ ਕੀ ਚਰਨ ਸਿੰਘ ਤੁਹਾਡੇ ਮੁੰਡੇ ਬੱਚੇ ਕਿੰਨੇ ਆ ਤੁਹਾਡੇ ਇੱਕੋ ਹੀ ਆ ਮੁੰਡਾ ਅੱਛਾ ਇੱਕੋ ਹੀ ਮੁੰਡਾ ਵਾ ਉਹ ਕੀ ਕੰਮ ਕਰਦਾ ਇੱਕੋ ਮੁੰਡਾ ਪੜ੍ਹਦਾ ਸਕੂਲੇ ਪੜ੍ਹਦਾ ਤੇ ਬੱਚੇ ਹੋਰ ਕੁੜੀਆਂ ਨੇ ਤਿੰਨ ਕੁੜੀਆਂ ਤੇ ਇੱਕ ਮੁੰਡਾ ਕੁੜੀਆਂ ਵਿਆਹੀਆਂ ਹੋਈਆਂ ਹਾਂ ਕੁੜੀ ਇੱਕ ਵਿਆਹੀ ਆ ਅੱਛਾ ਦੋ ਕੁਵਾਰੀਆਂ ਵਾ ਦੋ ਕੁਵਾਰੀਆਂ ਕੀ ਨਾਮ ਮੁੰਡੇ ਦਾ ਨਾਂ ਸਨੀ ਤੇ ਕੁੜੀਆਂ ਦਾ ਨਾਂ ਇੱਕ ਨਾਂ ਪਮਣਾ ਤੇ ਇੱਕ ਨਾਂ ਸਨੀ ਤੇ ਇੱਕ ਨਾਂ ਕਰਨਾ ਤੁਹਾਡੀ ਘਰ ਵਾਲੀ ਦਾ ਕੀ ਨਾਮ ਆ ਦਲਵੀਰ ਕੌਰ ਹਾਂਜੀ ਤੁਹਾਡਾ ਲਾਲ ਪੱਗ ਬੰਨੀ ਹੈ ਤੁਸੀਂ ਸਟੇਸ਼ਨ ਤੇ ਕੰਮ ਕਰਦੇ ਸੀ ਨਹੀਂ ਮੈਂ ਕੀ ਕੰਮ ਕਰਦੇ ਹੋ ਤੁਸੀਂ ਮੈਂ ਮਜ਼ਦੂਰੀ ਕਰਦਾ ਕੋਈ ਨਾ ਘਬਰਾ ਨਾ ਬਾਪੂ ਅਸੀਂ ਤੇਰੇ ਪੋਤੀ ਆ ਤੈਨੂੰ ਤੇਰੇ ਪਿੰਡ ਛੱਡ ਕੇ ਆਵਾਂਗੇ ਅੱਛਾ ਤੇਰੇ ਕੋਲ ਆਧਾਰ ਕਾਰਡ ਨਹੀਂ ਹੈਗਾ ਬਾਪੂ ਨਹੀਂ ਹੈ ਨਹੀਂ ਆ ਇਸ ਤਰ੍ਹਾਂ ਦਾ ਬੰਦਾ ਕਈ ਵਾਰੀ ਰੁੱਲ ਜਾਂਦਾ ਜਦੋਂ ਸਰੀਰਕ ਤੌਰ ਤੇ ਮੁੜ ਕੇ ਬਾਹਰ ਹੋ ਜਾਂਦਾ ਜ਼ਿੰਦਗੀ ਨਰਕ ਵਰਗੇ ਹਾਲਾਤਾਂ 'ਚ ਪਹੁੰਚ ਜਾਂਦੀ ਆ ਆਪਣਿਆਂ ਤੋਂ ਦੂਰ ਹੋਇਆ ਹੋਇਆ ਦਿਲਬਾਗ ਸਿੰਘ ਆਪਣੇ ਕੋਲ ਪਹੁੰਚ ਸਕੇ ਵੀਡੀਓ ਨੂੰ ਸ਼ੇਅਰ ਕਰਿਓ ਆਸ ਕਰਦੇ ਆ ਵੀ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਜ਼ਰੂਰ ਅਵੇਅਰ ਹੋਵੋਗੇ ਕਿ ਇਸ ਤਰ੍ਹਾਂ ਦਾ ਬੰਦਾ ਤੁਹਾਨੂੰ ਵੀ ਬੈਠਾ ਕਿਤੇ ਮਿਲੇ ਹੁਣ ਇੱਥੋਂ ਨੇ ਕਿੰਨੇ ਲੋਕ ਨੰਗੇ ਹੋਣਗੇ ਵੱਡਾ ਮੇਨ ਹਾਈਵੇ ਆ ਦਿੱਲੀ ਨੂੰ ਜਾਂਦਾ ਫਿਰੋਜ਼ਪੁਰ ਤੋਂ ਆਉਂਦਾ ਇੰਟਰਨੈਸ਼ਨਲ ਰੋਡ ਆ ਇਹ ਪਰ ਲੋਕ ਆਪੋ ਆਪਣੇ ਕੰਮਾਂ 'ਚ ਇੰਨੇ ਕੁ ਜ਼ਿਆਦਾ ਵਿਅਸਤ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਪਰ ਆਪਾਂ ਜੇ ਇਸ ਚੀਜ਼ ਨੂੰ ਬਦਲੀਏ
जे आप थोड़ी जी कोशिश करिए जिम्मे दिलबाग बापू नी दस मिनट ला के सारी गल पुछ ली फिर तुम भी कर सकते थे भी थोड़े को सोशल मीडिया हैगा वा तुम भी बापू की एक छोटी जी वीडियो बना के वायरल कर सकते थे। बापू जी को नशा भी करते नहीं? नशा नहीं मैं करता। नशे आले लगते भी नहीं गे क्योंकि नशे आले शरीर नशे आले हाथ पैरों तो अंदाजा हो जाता वा। वैसे कोई दिमागी टेंशन दे विच लगदे ने आप इन्हां घर रब अगे इन्हां दे घर पहुंचा सकीए अरदास करियो सच्चे पातशाह सानू समत बुद्धि बख्शन बल बुद्धि बख्शन। वाहिगुरु जी का खालसा वाहिगुरु। ठीक है बापू चलते फिर। बापू दिलबाग ए कौन ने? तू दस पड़ा मेरा जवाक जहा करिया तो ला बापू दे ला ला करिया तो ला प्यो तेरा पैर कितने तेरे और पैर पैर मतलब कोई ना पुत सेना नहीं है बापू है तेरा तुम ठीक हो जाना वा अपने लोग की तमाशबीन बना लेंगे आप समझवाक की गल टाल देने ठीक करना तू कहने दिलबाग का मुंडा। दिलबाग कौन है? मेरा नाम दिलबाग है। तो एक की दा मुंडा? एक की दा मुंडा। तेरा? अच्छा अच्छा मेरा मुंडा है। हाँ जानता नहीं तेनू? एदा की ना? सनी। सनी सनी आ कौन है? आ किदी घर वाली है? आ भी भीड़ होई आ। भीड़ होई है? अच्छा बालो बालो। किदे घर वाली है ये? ए मेरी है। तो फिर तू कहना मेरी नहीं। मैंने कितने टाइम तो इतना है? भाई मैं आज वहां ये तांदे ही तेरे दवाई की खाली तो पहले मैंने करा ली। नहीं तेरे ब्याह मौके मतलब नंदा मौके यहीं करता थी? आज काट करते हैं मेरे पास नहीं होने। अच्छा तुसीं तां पिंड दे हो? तुहानूं तां पता हो चलो इहदे विआह तों पहलां वी भैण दे वी मतलब इह शुरू बचपन दे इदां सी? नहीं नहीं नॉर्मल ही बाद हौली हौली वधदा नहीं घटदा मतलब कि नहीं पढ़िया लिखिया नहीं अट पढ़िया तो देखो मंद बुद्धि बंदा अठ नौ नहीं पढ़ सकदा तुसीं पिंडों ही हो? मार इदा होया फिर ठीक हो सकता है। ਤੁਸੀਂ ਦੇਖਣਾ ਵੀ ਇਹ ਕੀ ਸੀ ਇੱਕ ਹੋਰ ਇਹਨਾਂ ਦੇ ਖਾਨਦਾਨ 'ਚ ਇਹਦੇ ਨਾਨਕਿਆਂ 'ਚ ਜਾਂ ਇਹਦੇ ਦਾਦਕਿਆਂ 'ਚ ਕਿ ਕੋਈ ਹੋਰ ਵੀ ਇੱਦਾਂ ਮੈਂਟਲ ਸੀਗਾ ਇਹਦੇ ਨਾਨਾ ਨਾਨੀ ਜਾਣਦੇ ਨਾਨਾ ਨਾਨੀ ਇਹਨਾਂ ਦੇ? ਪਰ ਨਹੀਂ ਫਿਰ ਜਦੋਂ ਮੈਂਟਲੀ ਅਪਸੈਟ ਬੰਦੇ ਹੁਣ ਬੰਦਾ ਜਿਹੜਾ ਦਿਮਾਗੀ ਅਪਸੈਟ ਆ ਉਹਦੇ ਬੇਟੇ ਨੂੰ ਬਿਮਾਰੀ ਹੁੰਦੀ ਹੈ ਕਿਵੇਂ ਹੁੰਦੀ ਆ ਜਦੋਂ ਉਹ 18-20 ਸਾਲ ਦਾ ਹੋ ਜਾਂਦਾ 25 ਸਾਲ ਦਾ ਹੋ ਜਾਂਦਾ ਉਦੋਂ ਇਹ ਬਿਮਾਰੀ ਬਾਹਰ ਨਿਕਲ ਕੇ ਆਉਂਦੀ ਜਦੋਂ ਅੰਦਰੋਂ ਆਪਣੇ ਦਾੜੀ ਮੁੱਛਾਂ ਆਉਣ ਲੱਗਦੀਆਂ ਸਰੀਰ ਦੇ ਅੰਦਰ ਬਦਲਾਵ ਸ਼ੁਰੂ ਹੁੰਦਾ ਹਾਰਮੋਨਸ ਵੱਧਦੇ ਆਪਣੇ ਉਦੋਂ ਇਹ ਬਿਮਾਰੀ ਅੰਦਰ ਪਈ ਹੁੰਦੀ ਹੈ ਆਪਣੇ ਖੂਨ 'ਚ ਉਦੋਂ ਨਿਕਲ ਕੇ ਬਾਹਰ ਆਉਂਦੀ ਹੈ ਯਾਨੀ ਕਿ 20-22 ਸਾਲ ਤੋਂ ਬਾਹਰ ਜਾ ਕੇ ਅਤੇ ਇਹਦੀ ਵੀ ਬਿਮਾਰੀ ਜਿਹੜੀ ਹੋਈ ਆ ਇਹਦੇ ਜਾਂ ਤਾਂ ਖੂਨ 'ਚ ਸੀ ਇਹ ਬਿਮਾਰੀ ਖਾਨਦਾਨੀ ਸੀ ਇਹਨੂੰ ਵੀ ਇਹਨੂੰ ਜਿਹੜੀ ਮੰਨ ਲਓ ਜਦੋਂ ਇਹਦੇ ਹਾਰਮੋਨ 'ਚ ਵਧੇ ਜਦੋਂ ਮੁੰਡਾ ਹੋਇਆ ਮੰਨ ਲਓ ਬਾਹਲੀ ਖੁਸ਼ੀ ਬੰਦਾ ਖੁਸ਼ੀ ਦੇ ਨਾਲ ਉਹ ਹਾਰਮੋਨਸ ਖੁੱਲ ਗਏ ਉਹ ਬਿਮਾਰੀ ਬਾਹਰ ਆ ਗਈ। ਤਿੰਨ ਕਿਲੋ ਬੇਟੀਆਂ ਇਹਦੇ ਕਿੰਨਾ ਬੇਟੀਆਂ ਦਾ ਮੁੰਡਾ ਆ ਕੀ ਇਹ ਵੀ ਇਹਦੇ ਦਿਲ ਦੀ ਛੇਕ ਦੀ ਇਹਨੂੰ ਲੋਕਾਂ ਨੇ ਡਰਾਤਾ ਵੀ ਜਿਹੜੇ ਦਿਲ ਦੀ ਛੇਕ ਹੁੰਦੇ ਆ ਉਹ ਬੜੇ ਘੱਟ ਚਾਂਸ ਹੁੰਦੇ ਬਚਣ ਦੇ ਮੁੰਡਿਆਂ ਦੇ ਇਹਨਾਂ ਇਹ ਉਹ ਚੀਜ਼ ਟੈਨਸ਼ਨ ਲੈ ਗਿਆ ਹਰੇਕ ਘਰ ਜਿਹਦਾ ਸਾਡੇ ਕੋਲ ਆਣ ਕੇ ਮਿਲਦਾ ਇਹਨਾਂ ਇੱਕੋ ਗੱਲ ਆਣ ਕੇ ਕਹੀ ਜਾਂਦੇ ਨੇ ਵਾਰ ਵਾਰ ਹੁਣ ਉਹਨੇ ਮਰ ਜਾਣਾ ਉਹਨੇ ਬਚਣਾ ਨਹੀਂ ਮੇਰੇ ਮੁੰਡੇ ਨੇ ਮੈਂ ਤਾਂ ਮਹਾਂ ਲਿਆ ਰੱਖ ਦੋ ਉਦੋਂ ਦੀ ਇਹ ਡਪੱਕਾ ਬੈਠਾ ਮੰਨਦੇ ਵੀ ਉਦੋਂ ਦੇ ਬਾਅਦ ਚ ਥੋੜ੍ਹਾ ਜ਼ਿਆਦਾ ਹੋ ਗਿਆ ਜਦੋਂ ਮੁੰਡਾ ਆਇਆ ਨਾ ਉਹਦੇ ਦਿਲ ਚ ਛੇਕ ਸੀ ਪੀਏ ਤੋਂ ਮੁੰਡੇ ਅਪਰੇਟ ਵੀ ਹੋਇਆ ਮੁੰਡੇ ਦਾ ਮੇਰੇ ਠੀਕ ਆ ਜਾਂ ਤੇਰੇ ਸਾਹਮਣੇ ਆ ਉਹ ਮੇਰੇ ਟੈਨਸ਼ਨ ਜਾਈ ਲੋਕਾਂ ਨੇ ਕਹਿਤਾ ਵੀ ਕਿੰਨੇ ਵਾਰੀ ਪ੍ਰੇਸ਼ਨ ਲਗਾਤਾ ਇੱਥੇ ਪਾਇਆ ਹੈ ਕੁਛ ਉਹਨਾਂ ਨੇ ਉਹ ਉਹਨੇ ਨੇ ਟੈਨਸ਼ਨ ਜਾਈ ਦਈ ਹੈ ਜੀ ਵੀ ਮੈਂ ਕਿਹੜੀ ਜਮਾਤ ਚ ਪੜਦਾ ਤੂੰ ਹੈ ਕਿਉਂ ਅੱਠ ਪੜਿਆ ਅੱਠ ਤੋਂ ਬਾਅਦ
ਨਹੀਂ ਅੱਠਵੀਂ ਤੱਕ ਜ਼ਿਆਦਾ ਖਤਰਾ ਹੁੰਦਾ ਅੱਠਵੀਂ ਤੱਕ ਤੱਕ ਪੜ ਗਿਆ ਇਹ ਅੱਠਵੀਂ ਤੋਂ ਬਾਅਦ ਤਾਂ ਬੱਚੇ ਸਿਆਣੇ ਹੋ ਜਾਂਦੇ ਆ ਹੁਣ ਕਦੋਂ ਕੀਤੀਆਂ ਨੇ ਅੱਠਵੀਂ ਉਹਦੇ ਮੈਡਮ ਨੇ ਕਰਤਾ ਚੁੱਪ ਜਾਂਦੀ ਜਦੋਂ ਪ੍ਰੇਡ ਕਰਾਇਆ ਨਾ ਉਸ ਤੋਂ ਬਾਅਦ ਉਹਨਾਂ ਨੇ ਐਡਮਿਸ਼ਨ ਦਿੱਤੀ ਕੋਈ ਨਹੀਂ ਇਹ ਪ੍ਰੇਡ ਤੋਂ ਬਾਅਦ ਇਹ ਸਭ ਹੀ ਆ ਜਾਂਦਾ ਹੈਗਾ ਛੋਟਾ ਇਹ ਸੀ ਜਦੋਂ ਪ੍ਰੇਸ਼ਨ ਕੀਤਾ ਇਹਨੇ ਨਹੀਂ ਪਹਿਲਾਂ ਤਾਂ ਉਹ ਬੜਾ ਮਾ ਕੱਟੇ ਕੋਲੇ ਸਵਾਇ ਪਹਿਲਾਂ ਜਾਂਦੇ ਰਹੇ ਟ੍ਰਾਂਸਫਰ ਲੈ ਉਦੋਂ ਮਰੇ ਜੀ ਕਿੰਨੀ 9-10 ਉਮਰ ਹੋਣੀ ਵੇਖ ਲੈ 9-10 ਸਾਲ ਦਾ ਸੀ ਇਹਦੇ ਨਾਲ ਅਸੀਂ ਤੁਹਾਨੂੰ ਦਵਾਈ ਦੇ ਕੇ ਭੇਜਦੇ ਆ ਹੁਣ ਤੁਸੀਂ ਇਹਦੀ ਦਵਾਈ ਨਹੀਂ ਬੰਦ ਕਰਨੀ ਇਹਨੇ ਜਮਾਂ ਠੀਕ ਹੋ ਜਾਣਾ ਜੇ ਤੁਹਾਨੂੰ ਲੱਗੇ ਜ਼ਿਆਦਾ ਪ੍ਰੋਬਲਮ ਵੱਧ ਰਹੀ ਹੈ ਇਹਦੀ ਹੈ ਨਾ ਮੰਨ ਲਓ ਤੁਸੀਂ ਇੱਥੇ ਲੈ ਕੇ ਆ ਜਾਣਾ ਸਾਡੇ ਕੋਲ ਦਵਾਈ ਨਹੀਂ ਆਪਣੇ ਆਪ ਬੰਦ ਕਰਨੀ ਵੀ ਤੁਸੀਂ ਕਹੋ ਵੀ ਇਹਦਾ ਦਵਾਈ ਦੇ ਨਾਲ ਵੱਧ ਹੋ ਗਿਆ ਜਾਂ ਕੁਛ ਹੋਰ ਹੋ ਗਿਆ ਡਰਿਓ ਨਾ ਦਵਾਈ ਨੂੰ ਫਿੱਟ ਹੋਣ ਨੂੰ ਥੋੜ੍ਹਾ ਟਾਈਮ ਲੱਗਦਾ ਹੈ ਨਾ ਮੰਨ ਲਓ ਮਹੀਨਾ ਕੁ ਲੱਗੂਗਾ ਫਿਰ ਦਵਾਈ ਸੈੱਟ ਬੈਠ ਜੂਗੀ ਫਿਰ ਕੋਈ ਗੱਲ ਨਹੀਂ ਦਵਾਈ ਜਦੋਂ ਖਾਣ ਲੱਗ ਗਿਆ ਇਹ ਦਵਾਈ ਦੇ ਨਾਲ ਇਹਨੂੰ ਹੌਲੀ 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 ਕੰਮ ਕਰਨ ਜੋਗਾ ਹੋ ਜੂਗਾ ਜਮਾਂ ਠੀਕ ਹੋ ਜੂ ਦਵਾਈ ਤੇ ਖਰਚਾ ਤੁਹਾਡਾ ਕੋਈ ਨਹੀਂ ਆਉਣਾ ਫ੍ਰੀ ਮਿਲਿਆ ਕਰਨੀ ਦਵਾਈ ਸਾਡੇ ਕੈਂਪ ਲੱਗਦਾ ਹਰ 15 ਦਿਨਾਂ ਬਾਅਦ ਬਸ ਤੁਹਾਨੂੰ ਇੱਥੋਂ ਦਵਾਈ ਆ ਕੇ ਲੈ ਕੇ ਜਾਣੀ ਪਿਆ ਕਰਨੀ ਹੈ ਮਹੀਨੇ ਦੀ ਦਵਾਈ ਦਿਆ ਕਰਾਂਗੇ ਹੁਣ ਅਸੀਂ ਤੁਹਾਨੂੰ ਦਵਾਈ ਪਹਿਲਾਂ 15 ਦਿਨਾਂ ਦੀ ਦੇਵਾਂਗੇ 25 ਤਰੀਕ ਦਾ ਹੁਣ ਸਾਡੇ ਕੈਂਪ ਆਏ ਤੇ 25 ਤਰੀਕ ਨੂੰ ਤੁਸੀਂ ਲੈ ਕੇ ਆਉਣਾ ਇਹਨੂੰ 25 ਤਰੀਕ ਤੱਕ ਦੀ ਅਸੀਂ ਦਵਾਈ ਤੁਹਾਨੂੰ ਪੈਕ ਕਰਾ ਕੇ ਦਿੰਦੇ ਹਾਂ ਇਹਦਾ ਖਿਆਲ ਰੱਖੋ ਘਰੋਂ ਨਾ ਨਿਕਲਦੇ ਕਹਿੰਦਾ ਜੀ ਬਾਹਾਂ ਦੇ ਉੱਤੇ ਟੈਟੂ ਨਹੀਂ ਬਣਾਉਂਦੇ ਜਿਹੜੇ ਇੱਕ ਓਂਕਾਰ ਲਿਖ ਦਿੰਦੇ ਹੁੰਦੇ ਆ ਉਹਨਾਂ ਤੋਂ ਜੀ ਬਾਹਾਂ ਦੇ ਉੱਤੇ ਇੱਕ ਫੋਨ ਨੰਬਰ ਲਿਖਾ ਦਿਓ ਆਪਦਾ ਤੇ ਇੱਕ ਪਿੰਡ ਦਾ ਨਾਮ ਲਿਖਾ ਦਿਓ ਜੇ ਮੰਨ ਲਓ ਕਿਤੇ ਗੁੰਮ ਜਾਵੇ ਇੱਧਰ ਉੱਧਰ ਚਲੇ ਵੀ ਜਾਵੇ ਬੰਦਾ ਫੋਨ ਕਰ ਦਿਓ ਤੁਹਾਨੂੰ ਕਿੰਨੀ ਤਰੀਕ ਨੂੰ ਗੁੰਮਿਆ ਸੀ ਇਹ ਜੀ ਪੰਜ ਆਹੀ ਪੰਜ ਨੂੰ ਅੱਜ 15 ਹੋ ਗਈ ਅੱਗੇ ਵੀ ਚਲੇ ਜਾਂਦੇ ਨਿਕਲ ਜਾਂਦੇ ਘਰੋਂ ਪਹਿਲੀ ਵਾਰੀ ਹੋਇਆ ਰਿਪੋਰਟ ਜਿਹੜੀ ਕਰਾਈ ਸੀ ਥਾਣੇ ਕੰਮ ਕਰਦੇ ਆ ਦਿਹਾੜੇ ਤੋਂ ਪਹੁੰਚ ਜਾਂਦੇ ਆ ਮਿਸਤਰੀ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਦੀ ਗੱਲ ਕਰਦਾ ਬੇਟੀ ਵੀ ਇਹਦਾ ਤਿੰਨ ਬੇਟੀਆਂ ਅੱਛਾ ਤਿੰਨ ਬੇਟੀਆਂ ਇਹ ਤੋਂ ਵੱਡੀਆਂ ਤਿੰਨੇ ਇਹ ਤੋਂ ਵੱਡੀਆਂ ਦਿਲਬਾਗ ਸਿੰਘ ਦੀ ਤਸਵੀਰ ਆ ਜੀ ਪੁਰਾਣੀ ਤੇ ਦਿਲਬਾਗ ਸਿੰਘ ਨੂੰ ਲੱਭਣ ਦੇ ਖਾਤਰ ਵੀਰ ਉਹਨਾਂ ਨੇ ਪੋਸਟਾਂ ਵੀ ਜਾਰੀ ਕੀਤੀਆਂ ਸੀ ਇਹ ਵਿਅਕਤੀ ਪਿੰਡ ਮਗਲੂ ਚੱਕ ਗਿੱਲ ਦਾ ਰਹਿਣ ਵਾਲਾ ਹੈ ਮਿਤੀ 5/4/2023 ਨੂੰ ਦੁਪਹਿਰ ਵੇਲੇ ਲਾਪਤਾ ਹੋ ਗਿਆ ਇਹ ਵੀਰ ਦੀ ਤਸਵੀਰ ਜਾਰੀ ਕੀਤੀ ਸੀ ਇਹਦੇ ਪਰਿਵਾਰ ਵੱਲੋਂ ਅਤੇ ਫਿਰ ਥਾਣੇ ਵੀ ਇਹਨਾਂ ਨੇ FIR ਦਰਜ ਕਰਾਈ ਸੀ FIR ਦੇ ਵਿੱਚ ਵੀ ਇਹਨਾਂ ਨੇ ਇਹੀ ਤਰੀਕ ਲਿਖਾਈ ਆ ਤਿੰਨ ਬੇਟੀਆਂ ਦਾ ਬਾਪ ਆ ਵੀਰ ਇੱਕ ਬੇਟਾ ਵਾ ਬੇਟੇ ਦੇ ਵੀ ਦਿਲ ਦੇ ਵਿੱਚ ਸੁਰਾਖ ਸੀਗਾ 8-9 ਸਾਲ ਦੀ ਉਮਰ ਵਿੱਚ ਇਹਦੇ ਆਪਰੇਸ਼ਨ ਹੋਇਆ ਕੀ ਹੋਇਆ ਅੱਛਾ ਆਪਰੇਸ਼ਨ ਤੇ ਹੈ ਤੇ ਪੂਰਾ ਹੈ ਨਾ ਇੱਥੋਂ ਚੈਸਟ ਖੋਲ੍ਹ ਕੇ ਮੰਨ ਲਓ ਓਪਨ ਹਾਰਟ ਸਰਜਰੀ ਹੋਈ ਸੀ ਬੱਚੇ ਦੀ ਦਿਲ ਦੇ ਵਿੱਚ ਸੁਰਾਖ ਸੀਗਾ ਉਦੋਂ ਦਾ ਹੀ ਇਹ ਟੈਨਸ਼ਨ ਲੈ ਗਿਆ ਕਹਿੰਦੇ ਵੀ ਤਿੰਨ ਧੀਆਂ ਦੇ ਉੱਤੋਂ ਦੀ ਪੁੱਤ ਹੋਇਆ ਸੀਗਾ ਪਿੰਡ ਵਾਲੇ ਇਹ ਵੀਰ ਦੱਸਦੇ ਵੀ ਪਿੰਡ 'ਚ ਜਾਇਆ ਕਰੇ ਲੋਕਾਂ ਕੋਲ ਇਹੀ ਗੱਲ ਕਹੀ ਜਾਇਆ ਕਰੇ ਵੀ ਮੇਰਾ ਪੁੱਤ ਬਚ ਜੂਗਾ ਹੁਣ ਮਰ ਜੂਗਾ ਹੁਣ ਉਹ ਠੀਕ ਹੋ ਜੂਗਾ ਉਹ ਬਸ ਇਸ ਚੀਜ਼ ਦੀ ਦਿਲਬਾਗ ਸਿੰਘ ਟੈਨਸ਼ਨ ਲੈ ਗਿਆ ਅਤੇ ਮੈਂਟਲੀ ਅਪਸੈਟ ਹੋ ਗਿਆ ਹੁਣ ਇਹ ਪਿਛਲੇ 5-6 ਸਾਲਾਂ ਤੋਂ ਕੰਮਕਾਰ ਤਾਂ ਕਰਦਾ ਸੀ ਪਰ ਮੈਂਟਲੀ ਅਪਸੈਟ ਹੋਣ ਕਰਕੇ ਬਾਹਲੀ ਸੁੱਧ ਬੁੱਧ ਨਹੀਂ ਸੀ ਪਰ ਆਪਦੇ ਘਰ ਬਾਰ ਦੇ ਕੰਮ ਕਰੀ ਜਾਂਦਾ ਸੀਗਾ ਅਤੇ ਅੱਜ ਤੋਂ 10 ਦਿਨ ਪਹਿਲਾਂ 5 ਤਰੀਕ ਨੂੰ ਇਹ ਘਰੋਂ ਨਿਕਲਿਆ ਪਤਾ ਨਹੀਂ ਕਿੱਦਾਂ ਕਿਵੇਂ ਇਹਦਾ ਕਿੱਧਰ ਨੂੰ ਮੂੰਹ ਹੋ ਗਿਆ ਕਿਵੇਂ ਇਹ ਲੁਧਿਆਣੇ ਆ ਪਹੁੰਚਿਆ ਇੱਥੇ ਬੱਦੋਵਾਲ ਛਾਉਣੀ ਆ ਸਾਡੇ ਹਸਨਪੁਰ ਤੋਂ ਅਗਲਾ ਪਿੰਡ ਬੱਦੋਵਾਲ ਆ ਬੱਦੋਵਾਲ ਫੌਜੀਆਂ ਦੇ ਕੈਂਟ ਦੇ ਵਿੱਚ ਮੂਹਰੇ ਬਹੁਤ ਜੰਗਲੀ ਮੰਨ ਲਓ ਏਰੀਆ ਵਾ ਕਿਉਂਕਿ ਉਹ ਦਰਖਤ ਵਗੈਰਾ ਸਾਫ਼ ਨਹੀਂ ਕਰਨ ਦਿੰਦੇ ਆਰਮੀ ਵਾਲੇ ਵੱਢਣ ਨਹੀਂ ਦਿੰਦੇ ਉੱਥੇ ਸਾਈਡ ਦੇ ਉੱਤੇ ਬਿਲਕੁਲ ਜੰਗਲੀ ਜਿਹੜੀ ਥਾਂ ਵਾ ਜੰਗਲ ਦਾ ਉਹਦੇ ਵਿੱਚ ਫੁੱਟਪਾਥ 'ਤੇ ਸਾਈਡ 'ਤੇ ਨਾਲੇ ਬਣੇ ਹੋਏ ਜਿਹੜਾ ਉਹਦੇ ਉੱਤੇ ਪਿਆ ਅਸੀਂ ਸਵੇਰੇ ਤੜਕਿਓ 5 ਵਜੇ ਨਿਕਲਦੇ ਸਾਈਕਲਾਂ 'ਤੇ ਅਤੇ ਅਸੀਂ ਸਾਈਕਲਿੰਗ ਕਰਨ ਜਾ ਰਹੇ ਸੀ ਕਿਸੇ ਇੱਕ ਹੋਰ ਬਾਪੂ ਜੀ ਨੂੰ ਲੈ ਕੇ ਆਉਣਾ ਸੀ ਘੰਟਾ ਘਰ ਤੋਂ ਅਤੇ ਮੈਂ ਉਹਨਾਂ ਨੂੰ ਉੱਥੇ ਬੇਟਿਆਂ ਨੂੰ ਦੇਖਿਆ ਉਹਨਾਂ ਨੇ ਲਾਲ ਪਗੜੀ ਸੀ ਜਿਹੜੀ ਉਹ ਲਾ ਕੇ ਰੱਖੀ ਪਈ ਸੀ ਉੱਥੇ ਅਤੇ ਨੰਗੇ ਸੈਰ ਇਹ ਉੱਥੇ ਬੈਠੇ ਸੀਗੇ ਕੱਪੜੇ ਬਹੁਤ ਗੰਦੇ ਸੀ ਅਤੇ ਅਕਸਰ ਗੁਰੂ ਮਹਾਰਾਜ ਨੇ ਕਿਰਪਾ ਕਰੀ ਸੇਵਾ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ੀ ਹੈ ਜਿਹੜੀ ਪਿਛਲੇ ਕਰੀਬ 8 ਸਾਲਾਂ ਤੋਂ ਅਸੀਂ ਇੱਦਾਂ ਦੇ ਮੈਂਬਰਾਂ ਨੂੰ ਮਿਲਦੇ ਰਹਿੰਦੇ ਹਾਂ ਤਾਂ ਇਹਨਾਂ ਨੂੰ ਦੇਖ ਕੇ ਮੈਨੂੰ ਅੰਦਾਜ਼ਾ ਹੋਇਆ ਵੀ ਇਹ ਲੋੜਵੰਦ ਲੱਗਦੇ ਆ ਕੋਈ ਬਾਪੂ ਤਾਂ ਫਿਰ ਅਸੀਂ ਉੱਥੋਂ ਬਾਪੂ ਜੀ ਨੂੰ ਰੋਕ ਕੇ ਪੁੱਛੀ ਸਾਰੀ ਗੱਲਬਾਤ ਤਾਂ ਇਹਨਾਂ ਨੇ ਜਦੋਂ ਗੱਲ ਕੀਤੀ ਤਾਂ ਸਾਨੂੰ ਇਹਨਾਂ ਦੀਆਂ ਗੱਲਾਂ ਤੋਂ ਅੰਦਾਜ਼ਾ ਹੋ ਗਿਆ ਸੀ ਵੀ ਇਹ ਘਰੋਂ ਆਪਣਿਆਂ ਤੋਂ ਵਿਛੜ ਗਿਆ ਵੀ ਇਹ ਦਿਮਾਗੀ ਸਮੱਸਿਆ ਦੇ ਨਾਲ ਜੂਝ ਰਹੇ ਆ ਡਿਪਰੈਸ਼ਨ ਦੇ ਨਾਲ ਤਾਂ ਫਿਰ ਬਾਪੂ ਜੀ ਨਾਲ ਕੁਝ ਗੱਲਬਾਤ ਕੀਤੀ ਉਹਨੇ ਆਪਣਾ ਨਾਮ ਦਿਲਬਾਗ ਸਿੰਘ ਦੱਸਿਆ ਅਤੇ ਆਪਣਾ ਪਿੰਡ ਮਗਲੂ ਚੱਕ ਦੱਸਿਆ ਤਰਨ ਤਾਰਨ ਸਾਹਿਬ ਦੱਸਿਆ
ਤੇ ਵੀਡੀਓ ਸ਼ੇਅਰ ਕੀਤੀ ਅਸੀਂ ਤਾਂ ਫਿਰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੀਰ ਹੋਣਾ ਨੇ ਵੀਡੀਓ ਦੇਖ ਕੇ ਇਹਨਾਂ ਨੇ ਪਿੰਡ ਤੁਸੀਂ ਸਾਨੂੰ ਪਹਿਲੇ ਦਿਨ ਫੋਨ ਕੀਤਾ ਸੀ ਗੱਡੀ 'ਚ ਜਾਂਦੇ ਨੂੰ ਤੁਸੀਂ ਦੇਖਿਆ ਸੀ ਸਰ ਤੁਸੀਂ ਦੱਸਦੇ ਤਾਂ ਫਿਰ ਇਹਨਾਂ ਨੇ ਵੀਰ ਹੋਣਾ ਨੇ ਸਾਨੂੰ ਕਾਲ ਕੀਤੀ ਵੀ ਇਹ ਸਾਡੇ ਪਿੰਡ ਦਾ ਹੀ ਆ ਬਾਈ ਤਾਂ ਫਿਰ ਅੱਜ ਬਾਈ ਤੁਹਾਡਾ ਕੀ ਨਾਮ ਆ ਤੁਹਾਡਾ ਵੀਰ ਜੀ ਹੈ ਜੀ ਬੂਟਾ ਸਿੰਘ ਤੁਹਾਡਾ ਪਿੰਡ ਕੀ ਨਾਂ ਹੈ ਦਲਵੀਰ ਕੌਰ ਇਹ ਵਾਈਫ ਨੇ ਦਿਲਬਾਗ ਸਿੰਘ ਦੇ ਤੇ ਇਹ ਬੇਟਾ ਵਾ ਦਿਲਬਾਗ ਸਿੰਘ ਦਾ ਕੀ ਨਾਂ ਪੁੱਤਰਾ ਸਿਮਰਨਜੀਤ ਸਿੰਘ ਸਿਮਰਨਜੀਤ ਸਿੰਘ ਹੈ ਨਾ ਸਨੀ ਤੇ ਇਹ ਪਰਿਵਾਰ ਲੈਣ ਆਇਆ ਦਿਲਬਾਗ ਸਿੰਘ ਨੂੰ ਮੈਂ ਅਰਦਾਸ ਕਰਿਓ ਬਾਪੂ ਦਿਲਬਾਗ ਸਿੰਘ ਤਕੜਾ ਹੋ ਕੇ ਇਹਨਾਂ ਦਾ ਇਲਾਜ ਹੁਣ ਇੱਥੋਂ ਚੱਲੂਗਾ ਦਵਾਈ ਇੱਥੋਂ ਸ਼ੁਰੂ ਕਰਾਤੀ ਆ ਅਸੀਂ ਵੀ ਇਹ ਠੀਕ ਹੋ ਜਾਵੇ ਆਪਣੀਆਂ ਤਿੰਨ ਧੀਆਂ ਇਹਦੀਆਂ ਵਿਆਹੁਣ ਵਾਲੀਆਂ ਉਹਨਾਂ ਦੀ ਵਿਆਹ ਸ਼ਾਦੀ ਕਰੇ ਆਪਣੇ ਪਰਿਵਾਰ 'ਚ ਖੁਸ਼ੀਆਂ ਭਰਿਆ ਜੀਵਨ ਬਤੀਤ ਕਰੇ ਬਸ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਰਦਾਸਾਂ ਨਹੀਂ ਕਰਨਾ ਤੁਸੀਂ ਜ਼ਰੂਰ ਅਰਦਾਸ ਕਰਿਓ ਬਾਪੂ ਦਿਲਬਾਗ ਸਿੰਘ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ